ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈ ਇਹ ਘਟਨਾ 사ウਦੀ ਅਰਬ ਵਿੱਚ ਇੱਕ ਗੁਰਦੁਆਰੇ ਦੀ ਹੈ 사ウਦੀ ਅਰਬ ਵਿੱਚ ਇੱਕ ਗੁਰਦੁਆਰਾ ਹੈ ਤੇ ਉਸ ਦੇ ਨੇੜੇ ਹੀ ਇੱਕ ਸਿੱਖ ਦਾ ਘਰ ਹੈ ਉਹ ਸਿੱਖ ਪੂਰੀ ਸ਼ਰਧਾ ਭਾਵਨਾ ਨਾਲ ਗੁਰਦੁਆਰੇ ਜਾਂਦਾ ਹੈ ਅਤੇ ਸਿਮਰਨ ਵੀ ਕਰਦਾ ਹੈ ਉਸ ਦਾ ਸਾਰਾ ਪਰਿਵਾਰ ਹੀ ਇਸੇ ਲੜ ਲੱਗਾ ਹੋਇਆ ਹੈ ਉਹਦੇ ਗੁਰੂ ਨਾਲ ਜਿਹੜਾ ਵਿਸ਼ਵਾਸ ਹੈ ਉਹ ਬਹੁਤ ਪੱਕਾ ਹੈ ਉਹ ਆਪਣੇ ਘਰ ਵਿੱਚ ਬਾਬਾ ਦੀਪ ਸਿੰਘ ਜੀ ਦੀ ਬਹੁਤ ਵੱਡੀ ਫੋਟੋ ਲਾਈ ਹੋਈ ਹੈ ਤੇ ਹਰ ਸਮੇਂ ਬਾਬਾ ਦੀਪ ਜੀ ਦਾ ਨੂੰ ਸਿਮਰਨ ਕਰਦਾ ਰਹਿੰਦਾ। ਉਹ ਹਰ ਕੰਮ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦਾ ਤੇ ਅਰਦਾਸ ਕਰਦਾ ਸੀ। ਤੇ ਹਰੇਕ ਸਵਾਸ ਵਿੱਚ ਗੁਰੂ ਨੂੰ ਸਿਮਰਦਾ। ਕੁਝ ਸਮਾਂ ਲੰਘਿਆ ਤਾਂ ਉਹ ਵਪਾਰ ਵਿੱਚ ਉਹਨੂੰ ਘਾਟਾ ਹੋਣਾ ਆਰੰਭ ਹੋ ਗਿਆ। ਉਹ ਇੱਕ ਵਪਾਰੀ ਉਹ ਰੋਜ਼ ਗੁਰੂ ਘਰ ਜਾਂਦਾ ਤੇ ਅਰਦਾਸ ਕਰਦਾ। ਪਰ ਅਜੀਬੇ ਕੰਮ ਹੋਵੇਂ ਹੋ ਨਹੀਂ ਸੀ ਰਿਹਾ ਜਿਵੇਂ ਉਹ ਚਾਹੁੰਦਾ ਸੀ ਫਿਰ ਵੀ ਉਹਦਾ ਵਿਸ਼ਵਾਸ ਨਾ ਡੋਲਿਆ ਫਿਰ ਕਿਸੇ ਨੇ ਦੱਸਿਆ ਇੱਥੋਂ ਦੂਰ ਥੋੜੀ ਇੱਕ ਸਿਆਣਾ ਰਹਿੰਦਾ ਤੂੰ ਉੱਥੇ ਚਲਾ ਜਾ ਉਹ ਹੱਥ ਪੜ ਕੇ ਦੱਸ ਦੇਣਗੇ ਕਿ ਤੇਰੇ ਲੇਖ ਕਦੋਂ ਖੁੱਲਣਗੇ ਤੂੰ ਚਲਾ ਜਾ ਉਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਗੁਰੂ ਘਰ ਜਾਂਦਾ ਹਾਂ ਮੈਨੂੰ ਆਪਣੇ ਗੁਰੂ ਤੇ ਪੂਰਾ ਵਿਸ਼ਵਾਸ ਹੈ ਮੈਂ ਅਰਦਾਸ ਕਰਦਾ ਹਾਂ ਬਾਬਾ ਦੀਪ ਸਿੰਘ ਜੀ ਨੂੰ ਉਹ ਆਪੇ ਸੁਣਨਗੇ ਮੈਂ ਨਹੀਂ ਜਾਣਾ ਕਿਤੇ ਵੀ ਸਭ ਨੇ ਉਸ ਨੂੰ ਮਨਾ ਲਿਆ ਤੇ ਉੱਥੇ ਲੈ ਕੇ ਗਏ ਜਦੋਂ ਉੱਥੇ ਗਏ ਤਾਂ ਸਭ ਗੱਲ ਦੱਸਦੇ ਹਨ ਕਿ ਮੇਰੇ ਨਾਲ ਇਹ ਹੋਇਆ ਮੇਰਾ ਐਵੇਂ ਵਪਾਰ ਹੋ ਰਿਹਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਮੈਨੂੰ ਹੋ ਕੀ ਰਿਹਾ ਸਭ ਕੁਝ ਘਟਦਾ ਹੀ ਜਾ ਰਿਹਾ ਤਾਂ ਕਹਿੰਦਾ ਤੁਸੀਂ ਅੱਜ ਚਾਹ ਸਵੇਰੇ ਆਇਓ ਫਿਰ ਦੱਸ ਦਾਂਗਾ ਸਿੱਕਦਾ ਪਰਿਵਾਰ ਕਹਿੰਦਾ ਅਸੀਂ ਦੁਬਾਰਾ ਨਹੀਂ ਆ ਸਕਦੇ ਇਹ ਕਾਫੀ ਦੂਰ ਵੀ ਹੈ ਤੇ ਜਿੰਨੇ ਪੈਸੇ ਸੀ ਅਸੀਂ ਇਸ ਗੱਡੀ ਤੇ ਕਰਕੇ ਆਏ ਆਂ ਵੀ ਅਸੀਂ ਵਾਪਸ ਜੇ ਐਵੇਂ ਚੱਲੇਗੇ ਫਿਰ ਕਿਵੇਂ ਆਵਾਂਗੇ ਹੁਣ ਕਿਤੇ ਤੋਂ ਪੈਸੇ ਮੰਗੀਏ ਉਹ ਕਹਿੰਦਾ ਕੱਲ ਆਇਓ ਫਿਰ ਅਗਲੇ ਦਿਨ ਗਏ ਉਹ ਸਿਆਣੀ ਨੇ ਉਹ ਜਵਾਬ ਦਿੱਤਾ ਸਿੱਕੇਂਦਾ ਅਸੀਂ ਰੋਜ਼-ਰੋਜ਼ ਨਹੀਂ ਆ ਸਕਦੇ ਤੁਸੀਂ ਤਾਂ ਸਾਡਾ ਤਮਾਸ਼ਾ ਹੀ ਬਣਾ ਰੱਖਿਆ ਉਹ ਜੋ ਬਾਬਾ ਸੀ ਕਹਿੰਦਾ ਤੁਸੀਂ ਕੱਲ ਨੂੰ ਆਇਓ ਕੱਲ ਨੂੰ ਮੈਂ ਸਾਰਾ ਸੱਚ ਦੱਸ ਦਵਾਂਗਾ ਕੱਲ ਨੂੰ ਆਜਾਇਓ ਪਰ ਅੱਜ ਨਹੀਂ ਮੈਂ ਦੱਸ ਸਕਦਾ ਉਸ ਨਾਲ ਤੇਜ ਜੋਸੀ ਉਹ ਕਹਿੰਦੇ ਚੱਲ ਕੱਲ ਨੂੰ ਆ ਜਾਾਂਗੇ ਜਦੋਂ ਆਉਣਾ ਹੀ ਹੈ ਜਦੋਂ ਤੀਸਰੀ ਵਾਰ ਆਉਂਦੇ ਨੇ ਜਿਵੇਂ ਹੀ ਸਿਕੰਦਰ ਪੈਰ ਰੱਖਦਾ ਹੈ ਤਾਂ ਉਹ ਜੋ ਸਿਆਣਾ ਸੀ ਉੱਚੀ ਉੱਚੀ ਰੋਲਾ ਪਾ ਦਿੰਦਾ ਹੈ ਕਹਿੰਦਾ ਚੱਲੇ ਜਾਓ ਇੱਥੋਂ ਚੱਲੇ ਜਾਓ ਉਹ ਉੱਠ ਕੇ ਬਾਹਰ ਆ ਜਾਂਦੇ ਹਨ ਅਤੇ ਜੋ ਇੱਥੋਂ ਉਹਨਾਂ ਨੂੰ ਲੈ ਕੇ ਜਾਂਦਾ ਨਾਲ ਉਹ ਕਹਿੰਦਾ ਤੇਰਾ ਬਾਬਾ ਤੂਤਾ ਕਹਿੰਦਾ ਸੀ ਅੰਤਰੀਆਮੀ ਹੈ ਇਹਨੇ ਤਾਂ ਪੈਰ ਵੀ ਨਹੀਂ ਰੱਖਣ ਦਿੱਤਾ ਤੇ ਰੋਲਾ ਪਾਤਾ ਬਾਹਰ ਜਾਓ ਬਾਹਰ ਜਾਓ ਉਹਨੇ ਕਿਹਾ ਮੀਨੂ ਨਹੀਂ ਅੰਦਰ ਵੜਨ ਦਿੰਦਾ ਤੈਨੂੰ ਤਾਂ ਵੜਨ ਦਊਗਾ ਤੂੰ ਜਾ ਕੇ ਪੁੱਛਿਆ ਕੀ ਹੋਇਆ ਉਹ ਸਿੱਖੋ ਦੇ ਕੋਲ ਜਾਂਦਾ ਪੁੱਛ ਕੇ ਆਉਂਦਾ ਉਹ ਕਹਿੰਦੇ ਕਿ ਮੀਨੂ ਨਹੀਂ ਪਤਾ ਜਦੋਂ ਪੈਰ ਧਰਦਾ ਤੇ ਇੱਕੋ ਦੇ ਨਾਲ ਸਿਰ ਤਲੀ ਤੇ ਰੱਖ ਕੇ ਆਉਂਦਾ ਮੀਨੂ ਨਹੀਂ ਪਤਾ ਉਹ ਕੀ ਹੈ ਉਹਨੇ ਨੀਲਾ ਚੋਲਾ ਪਾਇਆ ਹੋਇਆ ਤੇ ਹੱਥ 'ਚ ਸ਼ਸਤਰ ਨੇਉ ਦੇ ਮੈਂ ਉਹਨਾ ਅੱਗੇ ਕੁਝ ਨਹੀਂ ਕਰ ਸਕਦਾ ਮੈਂ بڑے ਮੰਤਰ ਪੜਦਾ ਪਰ ਮੇਰੀ ਪੇਸ਼ ਨਹੀਂ ਚੱਲਦੀ ਉਹ ਵਾਪਿਸ ਆ ਕੇ ਗੱਡੀ ਚ ਬੈਠਦਾ ਤੇ ਸਿੱਖ ਨੂੰ ਦੱਸਦਾ ਜਦੋਂ ਸਿੱਖ ਨੂੰ ਇਹ ਪਤਾ ਲੱਗਦਾ ਅੱਖਾਂ ਹੰਝੂਆਂ ਨਾਲ ਭਰ ਆਉਂਦੀਆਂ ਨੇ ਬਾਬਾ ਜੀ ਮੇਰ ਤੋਂ ਭੁੱਲ ਹੋ ਗਈ ਮaaf ਕਰ ਦੋ ਬਾਬਾ ਦੀਪ ਸਿੰਘ ਜੀ ਮੈਨੂੰ ਮaaf ਕਰ ਦੋ ਮੈਂ ਵੀ ਭਰਮ ਗਿਆ ਸੀ ਵਾਹਿਗੁਰੂ ਮੈਨੂੰ ਮaaf ਕਰੋ ਉਹ ਤਤ ਖਾਲਸਾ ਗੁਰਦੁਆਰੇ ਜਾ ਕੇ ਆਪਣੀ ਪੂਲ ਮਾਫੀ ਮੰਗਦਾ ਹੈ ਇੱਕ ਘਟਨਾ ਤਤ ਖਾਲਸਾ ਗੁਰਦੁਆਰੇ ਦੀ ਹੈ ਜੋ 사ウਦੀ ਅਰਬ ਵਿੱਚ ਹੈ ਉਹਦੇ ਨਜ਼ਦੀਕ ਇਹ ਸਿੱਖ ਦਾ ਕਰ ਸੀ ਇਹ ਗੁਰੂ ਵਿੱਚ ਜੀ ਵਿੱਚ ਬੜਾ ਵਿਸ਼ਵਾਸ ਕਰਦਾ ਸੀ। ਉਹਨੇ ਕਿਹਾ ਗੁਰੂ ਜੀ ਮੈਨੂੰ ਤਾਂ ਮaaf ਕਰ ਦੋ ਜੇ ਤੁਸੀਂ ਹਰ ਸਮੇਂ ਮੇਰੇ ਨਾਲ ਹੋ ਤਾਂ ਮੈਂ ਫਿਰ ਕਿਉਂ ਕਿਵੇਂ ਰਸਤਾ ਭਟਕ ਗਿਆ। हे ਵਾਹਿਗੁਰੂ ਮੈਨੂੰ ਅੱਜ ਮaaf ਕਰ ਦੋ ਅੱਜ ਤੋਂ ਬਾਅਦ ਮੈਂ ਕਦੀ ਵੀ ਕਿਸੇ ਮਾੜੇ ਰਸਤੇ ਤੇ ਨਹੀਂ ਚੱਲਾਂਗਾ। ਮੈਂ ਆਪਣੇ ਸਿੱਖੀ ਤੋਂ ਭਟਕ ਗਿਆ ਸੀ ਪਰ ਹੁਣ ਮੈਂ ਸਿੱਖੀ ਦੇ ਰਾਹ ਤੇ ਹੀ ਚੱਲਾਂਗਾ। ਮੈਨੂੰ ਸਮਝ ਆ ਗਿਆ ਕਿ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ।